ਆਪਣੇ ਆਪ ਨੂੰ ਲੋਰਸ ਗੈਂਗ ਦੇ ਮੈਂਬਰ ਦੱਸ ਰਹੇ ਦੋ ਬਦਮਾਸ਼ਾਂ ਦੇ ਵੱਲੋਂ 30 ਲੱਖ ਦੀ ਫਰੌਤੀ ਮੰਗੀ ਗਈ। ਇਹਨਾਂ ਦੇ ਵਿੱਚੋਂ ਇੱਕ ਰੇਲਵੇ ਦਾ ਮੁਲਾਜ਼ਮ ਹੈ, ਜਦਕਿ ਦੂਜਾ ਉਸ ਦੁਕਾਨ ਦਾ ਕਰਿੰਦਾ ਹੈ ਜਿਸ ਤੋਂ ਫਰੌਤੀ ਮੰਗੀ ਗਈ। ਸ਼੍ਰੀ ਮੁਕਤਸਰ ਸਾਹਿਬ ਦੇ ਸੰਦੀਪ ਕੁਮਾਰ ਨੇ ਦੱਸਿਆ ਕਿ ਉਸਦਾ ਇਲੈਕਟ੍ਰੋਨਿਕਸ ਦਾ ਕੰਮ ਹੈ ਅਤੇ ਕੋਈ ਸ਼ਖਸ ਉਸਨੂੰ ਵਾਰ-ਵਾਰ ਫੋਨ ਕਰਦਾ ਹੈ ਜੋ ਆਪਣੇ ਆਪ ਨੂੰ ਲੋਰਸ ਗਰੁੱਪ ਦਾ ਮੈਂਬਰ ਦੱਸ ਰਿਹਾ ਅਤੇ ਉਸਨੂੰ ਡਰਾ ਧਮਕਾ ਕੇ 30 ਲੱਖ ਰੁਪਏ ਦੀ ਫਰੌਤੀ ਮੰਗ ਰਿਹਾ। ਪੁਲਿਸ ਦੇ ਵੱਲੋਂ ਵੱਖ-ਵੱਖ ਸਾਧਨਾਂ ਦੇ ਰਾਹੀਂ ਫਰੌਤੀ ਮੰਗਣ ਵਾਲੇ ਵਿਅਕਤੀਆਂ ਦੀ ਛਾਣਬੀਨ ਕਰਨ 'ਤੇ ਉਸਨੂੰ ਪਤਾ ਲੱਗਾ ਕਿ ਸ਼ਹਿਰ ਬਠਿੰਡਾ ਵਿਖੇ ਜੋ ਸੰਦੀਪ ਕੁਮਾਰ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਉਸ 'ਤੇ ਕੰਮ ਕਰਦਾ ਲੜਕਾ ਸੁਖਦੀਪ ਸਿੰਘ ਉਰਫ ਸੁੱਖੀ ਵਾਸੀ ਪਿੰਡ ਮਚਾਕੀ ਕਲਾਂ ਆਪਣੇ ਇੱਕ ਸਾਥੀ ਮੋਹਿੰਦਰ ਸਿੰਘ ਵਾਸੀ ਬਠਿੰਡਾ ਜੋ ਕਿ ਰੇਲਵੇ ਦੇ ਇਲੈਕਟਰੀ ਵਿਭਾਗ ਦੇ ਵਿੱਚ ਨੌਕਰੀ ਕਰਦਾ ਹੈ ਉਸਦੇ ਨਾਲ ਮਿਲ ਕੇ ਡਰਾ ਧਮਕਾ ਕੇ 30 ਲੱਖ ਦੀ ਫਰੌਤੀ ਮੰਗੀ ਗਈ। ਫਰੌਤੀ ਨਾ ਦੇਣ ਦੀ ਸੂਰਤ ਵਿੱਚ ਉਸਨੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਿਸ ਨੇ ਹੁਣ ਇਹਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਅਤੇ ਉਹ ਫੋਨ ਵੀ ਬਰਾਮਦ ਕੀਤਾ ਜਿਸ ਦੇ ਨਾਲ ਇਹ ਧਮਕੀਆਂ ਦਿੰਦੇ ਸੀ, ਨਾਲ ਹੀ ਇੱਕ ਸਿਮ ਕਾਰਡ ਤੇ ਬੁਲਟ ਮੋਟਰਸਾਈਕਲ ਵੀ ਬਰਾਮਦ ਕੀਤਾ। ਮਿਤੀ 16/2/24 ਨੂੰ ਮੁਕਤਸਰ ਸਾਹਿਬ ਦੇ ਇੱਕ ਵਪਾਰੀ ਨੂੰ ਫਰੌਤੀ ਲਈ ਕਾਲ ਆਉਂਦੀ ਹੈ, ਜੋ ਕਿ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਹੈ ਅਤੇ 30 ਲੱਖ ਰੁਪਏ ਦੀ ਇਹਨਾਂ ਤੋਂ ਮੰਗ ਕਰਦਾ ਹੈ ਅਤੇ ਸਾਡੀ CIA ਟੀਮ ਇਸ 'ਤੇ ਵਰਕ ਕਰਦੀ ਹੈ। ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਬੜੀ ਜਲਦੀ ਇਹ ਬੰਦਿਆਂ ਨੂੰ ਕਾਬੂ ਕੀਤਾ। ਜਿਹੜੇ ਦੋਸ਼ੀ ਨੇ ਉਹਨਾਂ 'ਚ ਸੁਖਦੀਪ ਸਿੰਘ ਸੁੱਖੀ, ਇਹ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਅਤੇ ਹਾਲ ਵਾਸੀ ਬਠਿੰਡਾ ਸੀ। ਇਹ ਇਹਨਾਂ ਦੀ ਸ਼ੌਪ 'ਤੇ ਹੀ ਇੰਪਲੋਇਡ ਸੀਗਾ, ਇਹਨਾਂ ਦੇ ਕੰਮ ਸ਼ੌਪ 'ਤੇ ਹੀ ਕਰਦਾ ਸੀ ਅਤੇ ਇਹਦਾ ਸਾਥੀ ਮਹਿੰਦਰ ਸਿੰਘ ਜੋ ਕਿ ਹਨੂੰਮਾਨਗੜ੍ਹ ਤੋਂ ਹੈ, ਉਹ ਬਿਜਲੀ ਡਿਪਾਰਟਮੈਂਟ ਰੇਲਵੇ ਦੇ 'ਚ ਨੌਕਰ ਸੀਗਾ ਅਤੇ ਰੇਲਵੇ ਕਾਲੋਨੀ ਬਠਿੰਡਾ ਦਾ ਵਾਸੀ ਸੀਗਾ। ਇਹਨਾਂ ਕੋਲੋਂ ਜਿਹੜਾ ਫਰੌਤੀ 'ਚ ਵਰਤਿਆ ਗਿਆ ਫੋਨ ਹੈ ਉਹ ਬਰਾਮਦ ਹੋਇਆ ਅਤੇ ਸਿਮ ਕਾਰਡ ਜਿਹੜਾ ਯੂਜ਼ ਕੀਤਾ ਉਹ ਬਰਾਮਦ ਹੋਇਆ, ਪਲੱਸ 3 ਐਂਡਰਾਇਡ ਫੋਨ ਹੋਰ ਮਿਲੇ ਨੇ ਅਤੇ ਇੱਕ ਮੋਟਰਸਾਈਕਲ ਬੁਲਟ ਜਿਹੜਾ ਇਹਨਾਂ ਨੇ ਯੂਜ਼ ਕੀਤਾ ਆਪਣਾ ਆਉਣ ਜਾਣ ਲਈ। 30 ਲੱਖ ਰੁਪਏ ਦੀ ਫਰੌਤੀ ਮੰਗੀ ਇਹਨਾਂ ਨੇ। ਸਰ ਕੋਈ ਲੱਗਿਆ ਵੀ ਹੈ, ਕੋਈ ਲਾਰਸ ਨਾਲ ਸੰਬੰਧ ਵੀ ਹੈਗੇ ਜਾਂ ਇਕੱਲਾ ਨਾਮ ਯੂਜ਼ ਕਰਦੇ ਹੁਣ ਤੱਕ ਜਿਹੜਾ ਹੈਗਾ ਸਭ? ਹੁਣ ਤੱਕ ਵੈਸੇ ਲਾਰੈਂਸ ਗੈਂਗ ਨਾਲ ਕੋਈ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਇਹ ਆਪਣੇ ਤੌਰ ਤੇ ਹੀ ਪੋਜ਼ ਕਰ ਰਹੇ ਸੀਗੇ ਵੀ ਇਹ ਲਾਰੈਂਸ ਗੈਂਗ ਦੇ ਹੈਗੇ। ਸਰ ਐਟ ਦਾ ਪ੍ਰਾਈਸ ਸਟੇਜਸ ਹੈਵ ਯੂ ਐਨੀ ਇਨਫੋਰਮੇਸ਼ਨ ਅਬਾਊਟ ਫਰਮ ਵੇਅਰ ਦੇ ਗਾਟ ਦਾ ਕਨਸੈਪਟ ਡੂ ਡਿਸਕ੍ਰਾਈਬ? ਦਾ ਕਨਸੈਪਟ ਕੇਮ ਫਰਮ ਲਾਈਕ ਅੱਜ ਕੱਲ੍ਹ ਫਰੌਤੀ ਦੇ ਬਹੁਤ ਜ਼ਿਆਦਾ ਕੇਸਿਸ ਹੋ ਰਹੇ ਨੇ ਤਾਂ ਇਹੀ ਦੇਖਦੇ ਹੋਏ ਇਹਨਾਂ ਨੇ ਇਹ ਅਟੈਂਪਟ ਕੀਤੀ। ਇਹ ਬਠਿੰਡੇ ਰੇਲਵੇ ਸਟੇਸ਼ਨ ਤੇ ਪੋਸਟਡ ਸੀਗਾ, ਇਲੈਕਟ੍ਰੀਕਲ ਡਿਪਾਰਟਮੈਂਟ ਸੀਗਾ ਰੇਲਵੇ ਦੇ। ਸਰ ਔਨ ਦਾ ਬੇਸਿਸ ਆਫ ਯੂਅਰ ਐਕਸਪੀਰੀਅੰਸ ਇਜ਼ ਇਟ ਪੋਸੀਬਲ ਟੂ ਡੂ ਸੱਚ ਏ ਕ੍ਰਾਈਮ ਵਿਦਆਊਟ ਐਨੀ ਟਾਈਪ ਆਫ ਵੈਪਨ? ਨਹੀਂ, ਦੇ ਡਿਡਨਟ ਹੈਡ ਐਨੀ ਵੈਪਨ ਬਟ ਦੇ ਟ੍ਰਾਈਡ ਫਾਰ ਐਕਸਟ੍ਰੋਸ਼ਨ। ਸਰ ਕੋਈ ਇਹਨਾਂ ਤੋਂ ਕੋਈ ਮਗਰ ਵੀ ਸੀ ਜਾਂ ਦੋ ਜਣੇ ਸੀਗੇ ਜਿਹੜੇ ਨਾਲ ਹੈਗੇ ਆ ਜਾਂ ਕੋਈ ਹੋਰ ਵੀ ਲੱਗਦਾ ਹੈਗਾ ਕਿਸੇ ਹੋਰ ਦਾ ਹੱਥ ਸੀਗਾ ਨਾਲ? ਨਹੀਂ ਜੀ, ਫਿਲਹਾਲ ਦੀ ਤਫਤੀਸ਼ 'ਚ ਹੋਰ ਕਿਸੇ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ, ਇਹਨਾਂ ਦੋਨਾਂ ਦਾ ਹੀ ਇਹ ਕੰਮ ਸੀਗਾ।